Salam, Sasrikal, Adab to everyone. Hassan, Qalandar Arts. Very, very auspicious day for me today. We're here sitting with Ustad Dildar Hussain, Nusrat Ali Khan Saab's Tabla Maestro for over 30 years. He needs very little introduction. And we're going to have a bit of a conversation with him, though he's going to be led by my dear brother, Kash, who many of you know from Fanafiyala on Tabla. Many of you know from the Orchestral Qawwali Project if you were at the Royal Albert Hall last night. So we're going to have a bit of a conversation between these two tabla players, an ustad and the next generation. And we'll have a bit of a tabla demo as well in this at some point as well. But Gash is going to take the lead on this. I'm going to be behind the cameras and you'll see me again a bit later as well. Ustadji, Khan Saab, Sabdullah, Assalamu Alaikum. Sabse pehle sabko namaskar, adab, Assalamu Alaikum, Sat Sri Akal. So yeah, welcome to a very, very exclusive interview with the living legend Ustad Dildar Hussain. So Khan Saab, main ta tanu aaj pehli baar mile meherbani te camera band se lekin mera bhi aaj rona nikal gaya. Main tanu pichle 28 saala da main sunda aa rya aaj te bahut meri khushkismati hai meherbani main tade naal baitha te assi sare jana chahunde ne ki tusi tabla kis tarah tanu shauk bhariya tabla da tusi kadon ਤਬਲਾ ਸ਼ੁਰੂ ਕੀਤਾ ਤੁਸੀਂ ਕਿਹਨਾਂ ਨੂੰ ਸੁਣਿਆ ਜਿੱਥੇ ਤੁਹਾਨੂੰ ਲੱਗਿਆ ਕਿ ਤੁਹਾਨੂੰ ਤਬਲਾ ਪਸੰਦ ਹੈ ਜੀ ਅਸਲਾਮ ਵਾਲੇਕੁਮ ਬਿਸਮਿਲ੍ਲਾਹ ਦਰਸ ਮੈਂ ਮੇਰੇ ਵਾਲਦ ਸਾਹਿਬ ਔਰ ਮੇਰੀ ਫੈਮਿਲੀ ਹਾਂਜੀ ਮਿਊਜ਼ਿਕ ਦਾ ਸਾਰਾ ਕਵਾਲੀ ਦਾ ਸਟਾਈਲ ਸੀ ਤਾਂ ਮੈਨੂੰ ਬਚਪਨ ਤੋਂ ਹੀ ਮੈਂ ਆਪਣੇ ਵਾਲਦ ਸਾਹਿਬ ਕੋਲੋਂ ਹਾਂਜੀ ਪਹਿਲੇ ਸਭ ਤੋਂ ਪਹਿਲੇ ਨਾ ਮੈਂ ਆਪਣੇ ਵਾਲਦ ਸਾਹਿਬ ਕੋਲੋਂ ਸਿੱਖਿਆ ਉਹਨਾਂ ਦਾ ਨਾਮ ਮਾਸ਼ਾਅੱਲਾ ਮੀਆਂ ਸ਼ਰਫਦੀਨ ਵਾਹ ਸੁਭਾਨਅੱਲਾ ਜੀ ਜੀ ਤੋ ਇਹ ਕਸੂਰ ਤੋਂ ਸਨ ਜੀ ਅਤੇ ਬਲਕਿ ਕਸੂਰ ਦੇ ਕੋਲ ਇੱਕ ਪਿੰਡ ਅਤੇ ਉੱਥੇ ਮੇਰੇ ਵਾਲਦ ਸਾਹਿਬ ਅਸੀਂ ਰਹਿੰਦੇ ਸੀ ਹਾਂਜੀ ਅਤੇ ਉਸ ਤੋਂ ਬਾਅਦ ਕਸੂਰ ਆ ਗਿਆ ਅਤੇ 8-9 ਸਾਲ ਦਾ ਮੈਂ ਉੱਥੇ ਹਾਂਜੀ ਬਚਪਨ ਤੋਂ ਹੀ ਵਾਹ ਮੈਨੂੰ ਬੜਾ ਸ਼ੌਕ ਸੀ ਕਿਉਂਕਿ ਮੇਰੇ ਵਾਲਦ ਸਾਹਿਬ ਤਬਲਾ ਪਲੇਅਰ ਬੜਾ ਅੱਛਾ ਕਲਾਸੀਕਲ ਤਬਲਾ ਅੱਛਾ ਕਲਾਸੀਕਲ ਤਬਲਾ ਵਾਲਦ ਸਾਹਿਬ ਵਾਹ ਵਜਾਉਂਦੇ ਸੀ ਵਾਹ ਜੀ ਵਾਹ ਇੱਕ ਤਾਂ ਇਹ ਵੀ ਮੈਂ ਕੰਟੀਨਿਊ ਕੋਈ ਬੜੀ ਲੰਬੀ ਸਟੋਰੀ ਹੈ ਬਹੁਤ ਲੰਬੀ ਸਟੋਰੀ ਹੈ ਵਾਹ ਤਾਂ ਹੁਣ ਉਹ ਉਸ ਤੋਂ ਬਾਅਦ ਫਿਰ ਮੈਂ ਆਪਣੇ ਭਾਈਆਂ ਨਾਲ ਮੇਰੇ ਭਾਈ ਕਵਾਲੀ ਕਰਦੇ ਸੀ ਹਾਂਜੀ ਹਾਂਜੀ ਉਹਨਾਂ ਨਾਲ ਮੈਂ 6-7 ਸਾਲ 8 ਸਾਲ ਤਬਲਾ ਵਜਾਇਆ ਵਾਹ ਐਜ਼ ਏ ਕੁਆਲੀ ਵਾਹ ਔਰ ਉਸ ਤੋਂ ਬਾਅਦ ਫਿਰ ਖਾਨ ਸਾਹਿਬ ਮਿਲੇ ਜੀ ਮਿਹਰਬਾਨੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਮੇਰੀ ਹਮਸ਼ੀਰਾ ਬੜੀ ਹਮਸ਼ੀਰਾ ਉਹਦੀ ਸ਼ਾਦੀ 'ਤੇ ਆਏ ਖਾਨ ਸਾਹਿਬ ਸਾਡੇ ਬੜੇ ਧੰਨ ਭਾਗ ਖਾਨ ਸਾਹਿਬ ਤਸ਼ਰੀਫ ਲਿਆਏ ਅਤੇ ਹਾਂ ਮੈਂ ਛੋਟਾ ਸੀ ਅਤੇ ਰਾਤ ਨੂੰ ਸ਼ਾਦੀ ਖਤਮ ਹੋ ਗਈ ਜੀ ਅਤੇ ਸ਼ਾਮ ਨੂੰ ਕਹਿਣ ਲੱਗੇ ਮੇਰੇ ਨਾਲ ਸੂਰ ਚੱਲਣਾ ਜੀ ਅਤੇ ਸਾਡੇ ਭਾਈ ਨੇ ਇਕਬਾਲ ਸਾਹਿਬ ਖਾਨ ਸਾਹਿਬ ਦੇ ਮੈਨੇਜਰ ਵੀ ਸਨ ਸੈਕਟਰੀ ਇਕਬਾਲ ਉਹਨਾਂ ਦਾ ਨਾਮ ਹਾਂਜੀ ਉਹਨਾਂ ਦੀ ਸ਼ਾਦੀ ਸੀ ਅਤੇ ਮੇਰੇ ਉਹ ਵੀ ਭਾਈ ਨੇ ਅਤੇ ਮੇਰੇ ਅਮਸ਼ੀਰਾ ਮੇਰੇ ਤੋਂ ਸਭ ਤੋਂ ਵੱਡੀ ਸੀ ਸਾਡੀ ਭੈਣ ਹਾਂਜੀ ਉਹਨਾਂ ਦੀ ਸ਼ਾਦੀ ਸੀ
ਤੇ ਸ਼ਾਮ ਨੂੰ ਅਸੀਂ ਕਸੂਰ ਆ ਗਏ ਅਤੇ ਮੈਨੂੰ ਕਹਿਣ ਲੱਗੇ ਤਬਲਾ ਜਿੱਦਾਂ ਬੱਚਿਆਂ ਨੂੰ ਤਬਲਾ ਫੜੋ। ਮੈਂ ਤਬਲਾ ਥੋੜ੍ਹਾ ਜਿਹਾ ਬੜੇ ਡਰਦੇ ਡਰਦੇ ਸੁਣਾਉਣਾ ਗਈ ਸੀ ਅਤੇ ਰਾਤ ਨੂੰ ਬੜਾ ਖੁਸ਼ ਹੋਏ। ਫਿਰ ਉਸ ਤੋਂ ਬਾਅਦ ਮੇਰੀ ਆਪਣੀ ਸ਼ਾਦੀ ਅਤੇ ਉਹ ਸ਼ਾਦੀ 'ਤੇ ਫਿਰ ਉਹ ਜਿੱਦਾਂ ਹੁੰਦਾ ਮਹਿੰਦੀ ਸੀ, ਹਾਂਜੀ, ਅਤੇ ਮੈਂ ਗਾਣਾ ਬੱਦਿਆ ਅਤੇ ਖਾਨ ਸਾਹਿਬ ਪੂਰੀ ਪਾਰਟੀ ਆਏ। ਅੱਛਾ, ਮਿਹਰਬਾਨੀ, ਮੇਰੀ ਸ਼ਾਦੀ 'ਤੇ ਖਾਨ ਸਾਹਿਬ ਦੇ ਸਾਰੇ ਭੈਣਾਂ ਭਰਾ ਸਾਰੇ, ਖਾਨ ਸਾਹਿਬ ਦੀ ਬੇਗਮ, ਖਾਨ ਸਾਹਿਬ ਦੇ ਸਾਰੇ ਰਿਸ਼ਤੇਦਾਰ, ਕਾਫੀ ਲੋਕ, ਸਾਡੀ ਪਾਰਟੀ ਦੇ ਮੈਂਬਰ ਜਿਹੜੇ ਸਨ ਉਹ ਵੀ ਆਏ। ਅਤੇ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਮੈਂ ਇਹਨਾਂ ਨਾਲ ਜਾਣਾ ਜਾਂ ਨਹੀਂ ਜਾਣਾ, ਜਾਂ ਮੈਂ ਆਪਣੇ ਭਾਈਆਂ ਨਾਲ ਪ੍ਰੋਗਰਾਮ ਕਰਦਾ। ਪਹਿਲਾਂ ਫਿਰ ਖਾਨ ਸਾਹਿਬ ਨਾਲ ਨਹੀਂ ਜਾਂਦੇ? ਮੈਂ ਨਹੀਂ, ਪਹਿਲੇ ਮੈਂ ਉੱਥੇ ਮਿਲਿਆ ਆਪਣੇ, ਅੱਛਾ, ਆਪਣੇ ਘਰ ਹੀ ਸਮਝ, ਆਪਣੀ ਸ਼ਾਦੀ 'ਤੇ। ਜਦੋਂ ਖਾਨ ਸਾਹਿਬ ਮਿਲੇ ਪਹਿਲੀ ਦਫ਼ਾ, ਹਾਂਜੀ, ਉਸ ਵਕਤ ਖਾਨ ਸਾਹਿਬ ਕੋ ਨਾਮ ਬਣ ਗਿਆ ਥਾ? ਨਾਮ ਤੋ ਜਿਸ ਤਰ੍ਹਾਂ ਹਮ ਜਾਣਦੇ ਹੈ ਨੁਸਰਤ ਅਲੀ ਖਾਨ ਸਾਹਿਬ ਕੋ, ਜੀ ਜੀ, ਉਸ ਵਕਤ ਉਨਕਾ ਨਾਮ ਥਾ? ਨਹੀਂ, ਮੈਂ ਤੋ ਨਹੀਂ ਕਹਿ ਸਕਦਾ, ਲੇਕਿਨ ਵਾਲਦ ਸਾਹਿਬ ਕਾ ਨਾਮ ਬਹੁਤ ਥਾ। ਠੀਕ, ਮੁਬਾਰਕ ਅਲੀ ਫਤਿਹ ਅਲੀ ਖਾਨ ਸਾਹਿਬ। ਠੀਕ, ਤੋ ਖਾਨ ਸਾਹਿਬ ਕਾ ਵੀ ਨਾਮ ਥਾ, ਲੇਕਿਨ ਮੀਡੀਆ ਇਤਨਾ ਨਹੀਂ ਥਾ। ਠੀਕ, ਕਵਾਲੀ ਗਾਣਾ ਬਜਾਣਾ ਐਸੇ ਹੀ ਥਾ। ਠੀਕ ਹੈ, ਤੋ ਉਨ ਦਿਨੋਂ ਮੈਂ ਫਿਰ ਖਾਨ ਸਾਹਿਬ ਕਾਮ ਪੇਸ਼ ਕਰਤੇ ਥੇ ਆਪਣਾ ਕਾਮ ਪਾਕਿਸਤਾਨ ਦਰਬਾਰੋਂ ਮੈਂ ਕਾਨਸਰਟ ਮੈਂ, ਜੀ ਬਿਲਕੁਲ, ਦਰਬਾਰੋਂ ਮੈਂ। ਠੀਕ ਹੈ, ਔਰ ਜ਼ਿਆਦਾ ਦਰਬਾਰੋਂ ਮੈਂ ਗਾਤੇ ਥੇ। ਠੀਕ, ਤੋ ਕਵਾਲੀ ਔਰ ਸ਼ਾਦੀ, ਜੈਸੇ ਆਜ ਕੱਲ੍ਹ ਸ਼ਾਦੀ ਹੋਤੀ ਹੈ, ਤੋ ਪਹਿਲੇ ਸ਼ਾਦੀ ਪੇ ਕਾਮ ਹੀ ਹੋਤਾ ਥਾ, ਉਹ ਦੂਸਰੇ ਲੋਕ ਕੋਈ ਗਾਣੇ ਬਜਾਣੇ ਵਾਲੇ ਐਸੇ। ਤੋ ਫਿਰ ਇਹ ਵੀ ਜੋ ਸ਼ਾਦੀ ਵਾਲਾ ਕਾਮ ਹੈ, ਇਹ ਵੀ ਖਾਨ ਸਾਹਿਬ ਨੇ ਡਾਲਾ ਹੈ ਵੀ ਸ਼ਾਦੀ ਪੇ ਕਵਾਲੀ ਸੁਣਤੇ। ਤੋ ਪਹਿਲੇ ਹਮਾਰੇ ਇੰਡੀਆ ਪਾਕਿਸਤਾਨ ਆਪਕੋ ਵੀ ਪਤਾ ਹੈ ਬਈ, ਕੋਈ ਡਾਂਸ ਵਾਲੇ ਹੋ ਗਏ, ਕੋਈ ਡਾਂਸ ਪਾਰਟੀ ਹੋ ਗਈ, ਕੋਈ ਗਜ਼ਲ ਹੋ ਗਈ, ਕੋਈ ਐਸੇ। ਤੋ ਉਹਨਾਂ ਨੇ ਆਪ ਮੈਂ ਕਿਆ ਚੀਜ਼ ਉਹਨਾਂ ਨੇ ਪਹਿਚਾਣਾ ਕਿ ਆਪਕੀ ਜੋ ਆਪਕੋ ਸ਼ੌਕ ਥਾ ਇਸ ਚੀਜ਼ ਸੇ, ਜਾਂ ਆਪਕਾ ਇੱਕ ਖਾਸ ਸਟਾਈਲ ਥਾ, ਕਿਆ ਕਿਆ ਥਾ ਕਿ ਖਾਨ ਸਾਹਿਬ ਨੇ ਕਿਹਾ ਕਿ ਯੂ ਨੋ ਦਿਲਦਾਰ ਕੋ ਮੈਨੇ ਰੱਖਣਾ ਹੈ? ਜੀ, ਪਹਿਲੇ ਤੋਂ ਮੇਰੀ ਸ਼ਾਦੀ ਪਈ ਮੈਨੇ ਤਬਲਾ, ਮੈਂ ਬਹੁਤ ਸ਼ਾਹੀਦਾ ਆਪਣੀ ਸ਼ਾਦੀ ਦੇ ਬਜਾਏ, ਹਾਂਜੀ, ਵਾਹ। ਤੋ ਉਹ ਸਾਰੇ ਲੋਕ ਹਮਾਰੇ ਘਰ ਕੇ ਜੋ ਭੈਣਾਂ ਭਾਈ ਉੱਤੇ ਆ, ਉਹ ਸਾਰੇ ਕਹਿਣ ਲੱਗੇ ਵੀ ਖਾਨ ਸਾਹਿਬ ਕੀ ਕਵਾਲੀ ਥੋੜ੍ਹੀ ਸੀ ਸੁਣੇ। ਤੋ ਉਸਤਾਦ ਲੋਕ ਆਏ ਤੋ ਬਹੁਤ ਖੁਸ਼ ਹਮਾਰੇ ਘਰ ਵਾਲੇ, ਹਮਾਰੇ ਭੈਣ ਭਾਈ ਸਾਰੇ ਵੀ ਖਾਨ ਸਾਹਿਬ ਆਏ। ਤੋ ਉਹਨਾਂ ਨੇ ਕਿਹਾ ਤਬਲੇ ਵਾਲਾ ਨਹੀਂ ਹੈ, ਮੇਰੇ ਪਾਸ ਨਹੀਂ ਹੈ ਤਬਲੇ ਵਾਲਾ, ਤਬਲੇ ਵਾਲੇ ਕੋ ਬੁਲਾਓ। ਤੋ ਫਿਰ ਮੁਝੇ ਬੁਲਾਇਆ ਵੀ ਇੱਧਰ ਆਏ ਯਾਰ, ਤੋ ਮੈਨੇ ਉਹ ਬਾਂਧਾ ਥਾ ਗਾਨਾ ਜਿਸਕੋ ਬੋਲਦੇ, ਹਾਂਜੀ ਹਾਂਜੀ, ਮੈਨੇ ਕਿਹਾ ਖਾਨ ਸਾਹਿਬ ਮੇਰਾ ਤੋ ਮੇਰੀ ਤੋ ਖੁਦ ਕੀ ਸ਼ਾਦੀ ਹੈ, ਤੋ ਮੈਂ ਬੜਾ ਸ਼ਾਹੀ ਵੀ ਮੈਂ ਨਹੀਂ ਬਜਾਉਣਾ। ਬਹਰਹਾਲ ਮੈਂ ਦੋ ਤਿੰਨ ਕਵਾਲੀ ਖਾਨ ਸਾਹਿਬ ਨੇ ਗਾਣੇ ਕਵਾਲੀ, ਇਹ ਮੇਰਾ ਖਿਆਲ ਹੈ, ਮੈਂ ਜਾਣਾ ਜੋਗੀ ਦੇ ਨਾਲ ਮੇਰਾ ਮੈਨੂੰ ਯਾਦ ਹੈ ਇੱਕ ਦੋ ਚੀਜ਼ ਗਦਲੇ। ਤੋ ਫਿਰ
ਐਸਾ ਸਿਲਸਿਲਾ ਆ ਗਿਆ। ਆਪਕੀ ਏਜ ਇਸ ਵਕਤ ਕਿਆ ਹੋਗੀ, 18-20 ਸਾਲ? 17-18 ਸਾਲ, ਬਲਕਿ 16 ਸਾਲ ਹੋ ਗਈ। ਹਾਂਜੀ, ਅਮੇਜ਼ਿੰਗ। ਅਤੇ ਇੱਕ ਹੋਰ ਵੀ ਮੈਨੂੰ ਕਾਫੀ ਮੈਸੇਜਿਸ ਮੈਨੂੰ ਆਏ ਸੀ ਕਿ ਖਾਨ ਸਾਹਿਬ ਨੂੰ ਜ਼ਰੂਰ ਪੁੱਛੋ। ਤੁਸੀਂ ਖਾਨ ਸਾਹਿਬ ਨਾਲ ਬਹੁਤ ਕਵਾਲੀਆਂ ਜੀ ਗੀਤ ਗਜ਼ਲ, ਤੁਹਾਡੀ ਫੇਵਰੇਟ ਕਵਾਲੀ ਕਿਹੜੀ ਹੈ? ਫੇਵਰੇਟ ਕਹਿਣਾ ਤਾਂ, ਕਿਉਂਕਿ ਐਸੀ ਐਸੀ ਕਵਾਲੀ ਜਿਹੜੇ ਲੋਕਾਂ ਨੇ ਨਹੀਂ ਵੀ ਸੁਣੀ ਤੇ ਉਹ ਫੇਵਰੇਟ ਹੈ ਜੀ। ਹਾਂਜੀ, ਹਾਂ ਸਹੀ ਬਾਤ। ਅਤੇ ਫੇਵਰੇਟ ਇਹ ਵੀ ਇੱਕ ਤਾਂ ਹੋਣੀ ਜਿੱਥੇ ਤੁਹਾਨੂੰ, ਹਾਂਜੀ, ਬਹੁਤ ਅੱਛੀ ਟਿਊਨ ਔਰ ਕੰਪੋਜ਼ ਖਾਨ ਸਾਹਿਬ ਨੇ ਸ਼ਾਹ ਮਰਦਾਨਾ ਲਈ। ਹਾਂ ਹਾਂ ਹਾਂ, ਹਾਂਜੀ, ਕਿਆ ਬਾਤ। ਇਹ ਬਹੁਤ ਮੇਰੇ ਸੱਚੀ ਦੁਨੀਆਂ ਦੇ ਵੀ ਫੇਵਰੇਟ ਹੈ ਅਤੇ ਸਾਡੀ ਖੁਦ ਦੇ ਵੀ ਹਲਕਾ ਹਲਕਾ ਸਰੂਰ ਹੈ। ਬਹੁਤ ਬਹੁਤ ਅੱਛੀ ਅੱਛੀ ਖਾਨ ਸਾਹਿਬ ਨੇ ਕਵਾਲੀ ਬਣਾਈ, ਪੰਜਾਬੀ ਦੀ ਕਵਾਲੀਆਂ ਬਹੁਤ ਅੱਛੀਆਂ ਕੰਪੋਜ਼ ਕੀਤੀਆਂ ਔਰ ਅੱਛੇ, ਹਾਂਜੀ, ਬੜੀਆਂ ਹੀ ਜ਼ਿਆਦਾ। ਹਾਂਜੀ, ਹੁਣ ਮੈਂ ਇੱਕ ਕਹਿ ਨਹੀਂ ਸਕਦਾ। ਵਾਹ ਜੀ, ਅਤੇ ਉਹ ਐਸੇ ਮਹਾਨ ਔਰ ਐਸੇ ਉਸਤਾਦ ਤੇ ਬਈ, ਕੋਈ ਐਸੀ ਛੋਟੀ ਸੀ ਕੋਈ ਟਿਊਨ ਹੈ ਕਵਾਲੀ ਹੈ ਤੋ ਉਸਕੋ ਵੀ ਬੜੀ ਕਰਦੀ ਰਾਤ ਕੋ, ਉਸ ਵੀ ਮਜ਼ਾਰ ਹੈ ਵੀ ਹਰ ਦਫ਼ਾ ਆਪ ਨਹੀਂ ਸੁਣੇਗੇ। ਉਹ ਇਹ ਫਿਰ ਖਾਨ ਸਾਹਿਬ ਤੁਹਾਡੇ ਨਾਲ ਰਿਹਰਸਲ ਕਰਦੇ ਸੀ ਜਾਂ ਰਾਤ ਪਹਿਲੇ ਜਾਂ ਸ਼ੋਅ ਤੋਂ? ਜਾਂ ਰਿਹਰਸਲ ਤਾਂ ਬਹੁਤ ਜ਼ਰੂਰੀ। ਹਾਂਜੀ ਹਾਂਜੀ, ਉਹ ਫਿਰ ਕਿਸੇ ਵੇਲੇ ਅਸੀਂ ਜਦੋਂ ਥੋੜ੍ਹਾ ਜਿਹਾ ਮੈਨੂੰ ਉਹ ਹੋ ਗਿਆ, ਜ਼ਿਹਨ ਬਣ ਗਿਆ, ਯੂਜ਼ ਟੂ ਹੋ ਗਿਆ। ਹਾਂਜੀ ਹਾਂਜੀ, ਅਤੇ ਉਹ ਫਿਰ ਥੋੜ੍ਹਾ ਜਿਹਾ ਕਿਸੇ ਵੇਲੇ ਨਹੀਂ ਵੀ ਕਰਨਾ। ਅਤੇ ਕਈ ਐਸੀ ਐਸੀ ਚੀਜ਼ਾਂ ਨੇ ਬਈ ਬਗੈਰ ਰਿਹਰਸਲ ਤੋਂ ਕੀਤੀਆਂ ਔਰ ਮਕਬੂਲ ਨੇ, ਦੁਨੀਆਂ ਸੁਣ ਰਹੀ ਉਹਨੂੰ। ਵਾਹ ਵਾਹ ਵਾਹ, ਜਿੱਦਾਂ ਯਾਦਾਂ ਵਿਛੜੇ ਸੱਜਣ ਦੀਆਂ ਆਈਆਂ, ਇਹਦੀ ਕੋਈ ਰਿਹਰਸਲ ਹੈ ਹੀ ਨਹੀਂ। ਵਾਹ ਵਾਹ ਵਾਹ, ਅਤੇ ਇਹ ਵੀ ਪਹਿਲੀ ਵਾਰ ਗੱਲ ਮੈਂ ਸੁਣੀ ਹੈ। ਵਾਹ, ਈਦ ਵਾਲੇ ਦਿਨ 'ਤੇ ਉਸਤਾਦ ਜੀ ਪ੍ਰੋਗਰਾਮ ਕਰਕੇ ਈਦ ਤੋਂ ਪਹਿਲੇ, ਅਤੇ ਸਾਡੇ ਹਰ ਬੱਚਿਆਂ ਨੂੰ ਹੁੰਦਾ ਵੀ ਅਬੂ ਜੀ ਆਉਣਗੇ, ਈਦ ਕਰਾਂਗੇ, ਕੱਪੜੇ ਪਾਵਾਂਗੇ, ਉਹ ਚੀਜ਼ਾਂ ਕਰਾਂਗੇ। ਅਤੇ ਉਹ ਈਦ ਤੋਂ ਪਹਿਲੇ ਇੱਕ ਦਿਨ ਪ੍ਰੋਗਰਾਮ 'ਚ ਅਤੇ ਈਦ ਆ ਗਈ, ਅਗਲੇ ਦਿਨ ਈਦ ਜੀ। ਅਤੇ ਮੈਂ ਕਿਹਾ ਜੀ ਖਾਨ ਸਾਹਿਬ ਨੂੰ, ਮੈਂ ਕਿਹਾ ਜੀ ਇਜਾਜ਼ਤ ਹੈ ਮੈਂ ਘਰ ਜਾਵਾਂ ਜੀ, ਈਦ ਹੈ। ਉਹ ਕਹਿੰਦੇ ਯਾਰ ਬੈਠ, ਇੱਥੇ ਹੀ ਆਪਣੀ ਆਈ ਈਦ ਕਿਹੜੀ? ਬਹੁਤ ਅੱਛੇ, ਵਾਹ। ਅਤੇ ਮੈਨੂੰ ਨਹੀਂ ਸੀ ਪਤਾ ਰਾਤ ਨੂੰ ਪ੍ਰੋਗਰਾਮ ਹੈ। ਅੱਛਾ, ਉਹ ਤਾਂ ਉਹਨਾਂ ਅਰੇਂਜਮੈਂਟ ਕੀਤਾ ਆਪਣਾ ਕੋਈ ਦੋਸਤ ਆ, ਰਹਿਮਤ ਕਰਾਮਾ ਫੋਨ ਮੇਰਾ ਖਿਆਲ ਕੰਪਨੀ ਸੀ ਜੀ ਜੀ ਜੀ, ਇਹਨਾਂ ਨੇ ਜੀ ਈਦ ਵਾਲੇ ਦਿਨ ਅਰੇਂਜਮੈਂਟ ਕੀਤਾ। ਅਤੇ ਉਹ ਅਸੀਂ ਟਿਊਨ ਹੀ ਉੱਥੇ ਸਟੇਜ 'ਤੇ ਸੁਣੀ, ਯਾਦਾਂ ਵਿਛੜੇ ਸੱਜਣ ਦੀਆਂ ਆਈਆਂ। ਅੱਛਾ ਅੱਛਾ, ਪਹਿਲੀ ਵਾਰ। ਔਰ ਇਸ ਤਰ੍ਹਾਂ ਉਹ ਮਕਬੂਲ ਹੋਈ ਔਰ ਲੋਕਾਂ ਨੇ ਜਿੱਦਾਂ ਕੋਈ ਦੋ ਸਾਲ ਰੈਸਲ ਕੀਤੀ, ਇਸ ਤਰ੍ਹਾਂ ਮਹਿਸੂਸ ਹੋਇਆ। ਵਾਹ ਵਾਹ ਵਾਹ। ਉਸਤਾਦ ਜੀ ਇਹ ਵੀ ਦੱਸੋ ਕਿ 70s ਦੀ ਗੱਲ ਹੈ ਨਾ, 1970s ਦੀ, ਜੀ ਜੀ, ਉਹ ਮਾਹੌਲ ਕੀ ਸੀ ਲਾਹੌਰ ਦਾ ਉਸ ਵਕਤ ਜਿੱਥੇ ਕੁਆਲੀ ਦੀ ਗੱਲ ਹੈ? ਪੂਰੀ ਪੂਰੀ ਰਾਤਾਂ ਤੁਸੀਂ ਬਹਿੰਦੇ ਸੀ ਜੀ? ਬਿਲਕੁਲ, ਅੰਦਾਜ਼ ਸੀ, ਅੰਦਾਜ਼ ਖਾਨ ਸਾਹਿਬ ਦਾ ਅੰਦਾਜ਼ ਇਹ ਸੀ ਪੂਰੀ ਪੂਰੀ ਕਾਫੀ ਦਿਨ ਜਦੋਂ ਫਾਰਗ ਹੋਣਾ ਕੰਮ ਤੋਂ, ਅਤੇ ਉਸ ਤੋਂ ਇਲਾਵਾ ਉਹਨਾਂ ਨੇ ਬਾਜਾ ਫੜਿਆ, ਕੋਈ ਟਿਊਨ ਸੋਚ ਰਹੇ ਨੇ, ਕੋਈ ਕੋਈ ਕਲਾਮ ਸਿਲੈਕਟ ਕਰ ਰਹੇ ਨੇ,
ਪੜ੍ਹ ਕੇ ਉਹਦੇ ਨਿਸ਼ਾਨੀ ਲਾਈ ਜਾਣਾ ਵੀ ਹੈ ਮੈਂ ਬਣਾਉਣੀ ਟਿਊਨ 'ਤੇ ਆ ਅਤੇ ਅਸੀਂ ਵੀ ਦੇਖਦੇ ਸੀ ਅਤੇ ਲੇਕਿਨ ਬਹੁਤ ਰਿਆਜ਼ ਖਾਨ ਸਾਹਿਬ ਨੇ ਜ਼ਿਆਦਾ ਇੱਧਰੋਂ ਅੰਦਰ ਗਏ ਕਮਰੇ 'ਚੋਂ ਆਏ ਅਤੇ ਚਾਹ ਸ਼ਾਹ ਪੀ ਕੇ ਫਿਰ ਵੀ ਹਾਂਜੀ ਤਬਲਾ ਫੜ ਲਓ ਬਾਜਾ ਫੜ ਲਓ ਇਹ ਸਟਾਈਲ ਰਿਹਾ ਇੱਕ ਦਫ਼ਾ ਲਾਹੌਰ ਸਾਡੇ ਉਹ ਜੁਮਾ ਲੱਗਦਾ ਹੁੰਦਾ ਸੀ ਅਤੇ ਹਰ ਤਬਲੇ ਵਾਲਾ ਉਸਤਾਦ ਤਾਫੂ ਖਾਨ ਸਾਹਿਬ ਉਸਤਾਦ ਸ਼ੌਕਤ ਸਾਹਿਬ ਆਪਣਾ ਮੇਰਾ ਖਿਆਲ ਪਾਤਾਰੀ ਗੁੱਗੇ ਖਾਂ ਭੁੱਲੀ ਖਾਂ ਕਲਾਸੀਕਲ ਤਬਲਾ ਨਵਾਜ਼ ਕਲਾਸੀਕਲ ਗਾਣੇ ਵਾਲੇ ਉਸਤਾਦ ਸਲਾਮਤ ਖਾਂ ਫਤਿਹ ਅਲੀ ਖਾਂ ਮਾਨਤ ਅਲੀ ਖਾਂ ਅਤੇ ਬੜੇ ਬੜੇ ਲੋਕ ਉਸ ਜੁਮੇ ਨੂੰ ਨਾ ਹੁੰਦਾ ਸੀ ਸ਼ਾਹੀ ਮਹੱਲੇ ਉਹ ਇੱਕ ਘਰ ਵਾਲੇ ਸਨ ਅਤੇ ਉਹ ਹਰ ਜੁਮੇ ਉਹ ਕਰਵਾਉਂਦੇ ਸੀ ਪ੍ਰੋਗਰਾਮ ਦੁਪਹਿਰ ਨੂੰ ਸ਼ਾਮ ਨੂੰ ਖਤਮ ਅਤੇ ਚੌਕ ਜਿੱਥੇ ਤਬਲੇ ਬਾਜੇ ਹੁਣ ਵੀ ਬਣਦੇ ਨੇ ਅਤੇ ਬੜਾ ਮਸ਼ਹੂਰ ਉਹ ਤਾਂ ਉਹਨਾਂ ਨੇ ਕਿਹਾ ਜੀ ਨਹੀਂ ਐਤਕੀ ਖਾਨ ਸਾਹਿਬ ਕਵਾਲੀ ਸੁਣਨੀ ਅਸੀਂ ਉਹਨਾਂ ਨੇ ਪ੍ਰੋਗਰਾਮ ਰੱਖ ਲਿਆ ਅਤੇ ਉਸ ਦਿਨ ਇਹ ਕਾਫੀ ਦੂਰ ਸੀ ਪ੍ਰੋਗਰਾਮ ਖਾਨ ਸਾਹਿਬ ਦਾ ਸ਼ਾਮ ਨੂੰ ਲਾਹੌਰ ਤੋਂ ਕੋਈ 3-4 ਘੰਟੇ ਦਾ ਆਰਫ ਵਾਲੇ ਪਿੰਡ ਦਾ ਨਾਮ ਹੈ ਸ਼ਹਿਰ ਦਾ ਆਰਫ ਵਾਲੇ ਸੁਣਿਆ ਹੋਇਆ ਤੁਸੀਂ ਉੱਥੇ ਸ਼ੋਅ ਸੀਗਾ ਅਤੇ ਉਹ ਦੁਪਹਿਰ ਨੂੰ ਅਸੀਂ ਗਏ ਉਹਨਾਂ ਨੂੰ ਸਟੇਜ ਲੱਗਾ ਸਾਰੇ ਬਲਕਿ ਉਸਤਾਦ ਨਜ਼ਰ ਹੁਸੈਨ ਉਹ ਵੀ ਆਇਆ ਤਸ਼ਰੀਫ ਲਿਆ ਸਾਰੇ ਲੋਕ ਹੀ ਸਾਡੇ ਜਿੱਦਾਂ ਗਾਣੇ ਵਜਾਉਣੇ ਵਾਲੇ ਜਿੰਨੇ ਵੀ ਲਾਹੌਰ ਦੇ ਹਾਂਜੀ ਸਾਰੇ ਉਸਤਾਦ ਆਏ ਉੱਥੇ ਅੱਧਾ ਘੰਟਾ ਖਾਨ ਸਾਹਿਬ ਨੇ ਕਲਾਸੀਕਲ ਉਸਤਾਦ ਸ਼ੌਕਤ ਸਾਹਿਬ ਨਾਲ ਤਬਲੇ 'ਤੇ ਬੈਠੇ ਹਾਂਜੀ ਬੜੀ ਮਜ਼ੇ ਵਾਲੀ ਗੱਲ ਹੈ ਅਤੇ ਉਹਨਾਂ ਨੇ ਬਹੁਤ ਅੱਛਾ ਕਲਾਸੀਕਲ ਗਾਇਆ ਖਾਨ ਸਾਹਿਬ ਨੇ ਅਤੇ ਦਿਲ 'ਚ ਵੀ ਅਸੀਂ ਜਾਣਾ ਵੀ ਬੜਾ ਸਫ਼ਰ ਹੈ ਅਤੇ ਅਤੇ ਉਹਨਾਂ ਵੀ ਪਿਆਰ ਨਾਲ ਬੁਲਾਰ ਔਰ ਸਾਡੇ ਲੋਕ ਸਾਰੇ ਸੁਣਨੇ ਸੁਣਾਉਣ ਵਾਲੇ ਸਾਡੇ ਮਸੀਕੀ ਵਾਲੇ ਲੋਕ ਖੁਦ ਬੈਠੇ ਅੱਗੇ ਸੁਣਨੇ ਵਾਸਤੇ ਹਾਂਜੀ ਹਾਂਜੀ ਅਤੇ ਉਹ ਅੱਧਾ ਘੰਟਾ ਕਲਾਸੀਕਲ ਕਰਕੇ ਅਤੇ ਮੁੜ ਕੇ ਕਵਾਲੀ ਉਹ ਸਟਾਰਟ ਹੀ ਉਹਨਾਂ ਖਾਨ ਸਾਹਿਬ ਨੇ ਸ਼ਾਹ ਮਰਦਾਨ ਅਲੀ ਉਹ ਕੋਈ ਮੇਰਾ ਖਿਆਲ 1 ਘੰਟੇ ਦੀ ਹੋਏਗੀ ਅਤੇ ਉਹ ਇਸ ਤਰ੍ਹਾਂ ਦਾ ਮਜ਼ਾ ਆਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਨੂੰ ਆਪ ਨੂੰ ਵੀ ਬਈ ਐਸਾ ਵੀ ਹੁੰਦਾ ਕਵਾਲੀ ਇਸ ਤਰ੍ਹਾਂ ਵੀ ਹੋ ਸਕਦੀ ਅਤੇ ਉਹ ਮੈਂ ਤੁਹਾਨੂੰ ਦੱਸਿਆ ਬਈ ਉਹ ਹਰ ਦਫ਼ਾ ਕੁਛ ਨਵਾਂ ਹੀ ਵਿੱਚ ਉਹ ਕਵਾਲੀ ਹੋ ਰਹੀ ਔਰ ਉਹਦੇ ਵਿੱਚ ਹੀ ਜਿੱਦਾਂ ਫਿਲਮ ਦੀ ਚੀਜ਼ ਉਹ ਹੋਈ ਕਲਾਮ ਉਹ ਹੋਈ ਹਰ ਚੀਜ਼ ਉਹ ਹੋਈ ਟੈਂਪੋ ਹੋਈ ਔਰ ਕੋਈ ਨਾ ਕੁਛ ਨਵਾਂ ਐਸੇ ਲੋਕ ਅਹਿਮਦ ਅਹਿਮਦ ਕਹਿੰਦੇ ਵਾਹ ਵਾਹ ਕੀ ਬਾਤ ਹੈ ਪ੍ਰਾਈਸਲੈਸ ਸਟਫ
For the audience, I'm sorry, but this just can't be translated. I just wouldn't do justice to this. I know. We'll try and throw in a bit more English into this as we go, but Ustazi is telling us stories about the early days of when he joined Nusuf Sadr Ali Khan Sahib, how he came to be recognized by Khan Sahib, what the occasion was, what the environment of Lahore in those days, and how they used to practice, how they used to get together, where they used to go and perform. I mean, just priceless stuff that we're capturing here. Maybe on the YouTube version, we'll try and do translations of this as well, right? I have a question I want to ask Khan Sahib. Khan Sahib, jera qawwali da tabla hai, ji ji, te classical da tabla hai, ji ji, hai tabla hai, ji. Ina de dona de vich khas farak ki hai? Ina de farak de hai, aur same tabla hai, classical, qawwali, matre beats. ਇੱਕੋ ਜਿਹੇ ਨੇ, ਇੱਕ ਹੀ ਹੈ ਨੇ ਜੀ, ਹਾਂਜੀ ਜੀ ਜੀ. ਬਹਰਹਾਲ ਸਟੋਰੀ ਤਾਂ ਬਹੁਤ ਲੰਬੀ, ਮੈਂ ਅੱਗੇ ਅਸਾਂ ਭਾਈ ਨੂੰ ਕਿਹਾ ਵੀ ਉਹ ਕਿੱਥੋਂ ਸ਼ੁਰੂ ਕਰੀਏ, ਬਹਰਹਾਲ ਛੋਟੀ ਕਰ ਲੈਂਦੇ. ਇਹਦਾ ਸਟਾਈਲ ਇੱਕ ਅਲੱਗ, ਹਾਂਜੀ, ਇਹ ਹੋਈ ਦਾਦਰਾ ਘਰਵਾ ਜੀ, ਜੋ ਜਦੋਂ ਇੱਕ ਬਾਏ ਦਾ ਇੱਕ ਇਹਦੀ ਪੋਜੀਸ਼ਨ ਅਲੱਗ, ਹਾਂਜੀ ਹਾਂਜੀ, ਜਿਹੜਾ ਬੇਸ ਹੈ, ਸੋ ਬੇਸ ਹੈ ਸਟ੍ਰਮ, ਹਾਂਜੀ, ਔਰ ਫਿਰ ਇਹਦੀ ਕਵਾਲੀ ਦਾ ਸਟਾਈਲ ਜੀ, ਅਤੇ ਉਹੋ ਹੀ 8 ਬੀਟ 4 ਬੀਟ ਤੁਸੀਂ ਗੀਤ 'ਤੇ ਲਾ ਲਓ, ਉਹ ਆਪਾਂ ਹੋਰ ਤਰ੍ਹਾਂ ਲਾਵਾਂਗੇ ਜੀ ਜੀ ਜੀ. ਜਿਹੜਾ ਠੇਕੇ ਦਾ ਸਟਾਈਲ ਹੈ ਉਹ ਸਟਾਈਲ ਉਹ ਚੇਂਜ ਹੋ ਵੱਖਰਾ ਹੁੰਦਾ ਜੀ ਜੀ ਜੀ. ਠੀਕ ਹੈ ਸਰ, ਜਸਟ ਆਸਕਿੰਗ ਉਸਤਾਦ ਜੀ ਦੈਟ ਵਟ ਇਜ਼ ਦੀ ਐਕਚੁਅਲ ਡਿਫਰੈਂਸ ਬਿਟਵੀਨ ਕਵਾਲੀ ਤਬਲਾ ਐਂਡ ਕਲਾਸੀਕਲ ਤਬਲਾ. And Khan Sahib just told us that the actual tikka, for example, if you're playing a 4-beat or an 8-beat Gharwa tikka, it's so different how you would play in, for example, classical for ghazal. It will be completely different in qawwali, which we'll get onto on the practical side on the demonstration. Je Khan Sahib di ijazat hove thoda thehar ke apa lokan nu dikhawange ki ki khas fark hai. Te jehda tusi bass da zikr kita si, hun itthe sade kol eh bass pe hai, haan ji, ide upar ਆਪਣੇ ਵਰਕੇ ਦੇ ਉੱਪਰ ਸਿਆਹੀ ਨਹੀਂ ਲੱਗੀ, ਬਿਲਕੁਲ, ਹਾਂਜੀ, ਇਹਦਾ ਥੋੜ੍ਹਾ ਜਿਹਾ ਦੱਸੋ. ਉਹ ਖਾਸ ਕਰਕੇ ਪਹਿਲੇ ਵੀ ਬਜ਼ੁਰਗ ਮੇਰੇ ਵਾਲਦ ਸਾਹਿਬ ਜੀ, ਮੈਂ ਉਹ ਸਟੋਰੀ ਤਾਂ ਆਪਾਂ ਪਿੱਛੋਂ ਕੱਟ ਕਰ ਲਈ ਵੀ ਮੈਂ ਕਿਸ ਤਰ੍ਹਾਂ ਫਿਰ, ਹਾਂਜੀ ਹਾਂਜੀ, ਬਾਅਦ 'ਚ ਕਰਾਂਗੇ. ਠੀਕ, ਅਤੇ ਉਹ ਵੀ ਆਟੇ ਵਾਲਾ ਇਸਤੇਮਾਲ ਕਰਦੇ ਸੀ ਮੇਰੇ ਵਾਲਦ ਸਾਹਿਬ, ਹਾਂਜੀ, ਵਜਾਉਂਦੇ ਕਲਾਸੀਕਲ ਸੀ ਲੇਕਿਨ ਬਾਇਆਂ ਆਟੇ ਵਾਲਾ, ਤੇ ਬੜਾ ਮੁਸ਼ਕਿਲ ਹੁੰਦਾ ਉਹ ਗਿੱਲਾ ਹੁੰਦਾ ਆਟਾ, ਮੇਰਾ ਖਿਆਲ ਸ਼ਾਇਦ ਚੈੱਕ ਕੀਤਾ ਹੋਏਗਾ, ਹਾਂਜੀ ਹਾਂਜੀ, ਤੇ ਉਹ ਗਿੱਲਾ ਹੁੰਦਾ ਆਟਾ ਜਿੱਦਾਂ ਰੋਟੀ ਪਕਾਈ ਦੀ, ਤੇ ਹੱਥ ਨੂੰ ਚਿੰਬੜੇਗਾ, ਹਾਂਜੀ, ਉਹ ਅਸੀਂ ਜਲਦੀ ਨਹੀਂ ਪਿਸਣਾ ਸ਼ੁਰੂ ਕਰ ਸਕਦੇ, ਗੇ ਕਿਤੋਂ ਸ਼ੁਰੂ ਕਰੀਏ ਤਾਂ ਮੁਸ਼ਕਿਲ ਹੋ ਜਾਏਗਾ, ਸਾਰਾ ਫਿਰ ਗੁੱਟ ਦਾ ਕੰਮ ਹੁੰਦਾ, ਕਿਆ ਬਾਤ ਹੈ. ਤੇ ਇਸ 'ਤੇ ਉਹਦਾ ਬੇਸ ਜਿਹੜਾ ਆਟੇ ਵਾਲਾ ਨਾ, ਹਾਂਜੀ, ਉਹ ਲੱਕੜੀ ਦਾ ਤਬਲਾ ਹੁੰਦਾ ਜੀ, ਅਤੇ ਉਹਦਾ ਬੜਾ ਅੱਛਾ ਬੇਸ ਬਣਦਾ ਜਿੱਦਾਂ, ਅਤੇ ਸੇਮ ਢੋਲਕ ਲਾ ਲਓ, ਉਹਦਾ ਵੀ ਬੜਾ ਇੰਨਾ ਹੀ ਹੁੰਦਾ, ਲੇਕਿਨ ਉਹ ਤੁਸੀਂ ਚੈੱਕ ਕਰਨਾ ਉਹਦਾ ਢੋਲਕ ਦਾ ਬਾਹਾਂ ਇਸ ਤਰ੍ਹਾਂ ਨਹੀਂ ਆਏਗਾ. ਇਹ ਕਿਉਂ? ਲੱਕੜ ਦਾ ਸਾਫ, ਇਹ ਲੱਕੜ ਦਾ ਦੀ ਵਜ੍ਹਾ, ਲੱਕੜ ਵੀ ਉਹ ਹੀ ਹੋਏਗੀ ਜੀ, ਢੋਲਕ ਦੀ ਵੀ ਉਹ ਕਾਲੀ ਲਾ ਲਓ, ਸ਼ੀਸ਼ਮ ਲਾ ਲਓ, ਅੰਬ ਦਾ ਲਾ ਲਓ ਜੀ, ਇਹੀ ਹੋਏਗੀ, ਲੇਕਿਨ ਉਹਦਾ ਬਣਾਵਟ ਦਾ ਉਹਦਾ ਅੰਦਰ ਭੇਤ ਲਾਉਣਾ, ਉਹ ਚੇਂਜ ਹੋ ਜਾਂਦੇ, ਉਹ ਚੇਂਜ ਹੋ ਜਾਂਦਾ, ਅਤੇ ਢੋਲਕ 'ਚ ਜ਼ਿਆਦਾ ਭੇਤ ਇਸਤੇਮਾਲ ਹੁੰਦਾ
ਜਾਂ ਪੇਤ ਵੀ ਵੱਖਰਾ ਹੁੰਦਾ? ਪੇਤ ਹੁੰਦਾ ਇਹੀ ਹੈ, ਉਹੀ ਤੋਂ ਨੀਚੇ ਜਿਹੜਾ ਲਾਉਂਦੇ, ਹਾਂਜੀ ਉਹਨੂੰ ਕਹਿੰਦੇ ਪੇਤ, ਹਾਂਜੀ ਹਾਂਜੀ, ਮਸਾਲਾ, ਮਸਾਲਾ, ਹਾਂਜੀ, ਉਹ ਨੀਚੇ ਹੁੰਦਾ ਇਹਨੂੰ ਤਬਲੇ ਵਾਲੇ ਨੂੰ ਉੱਪਰ ਆਟਾ ਲਾਉਂਦੇ, ਉੱਪਰ ਆਟਾ ਲਾਉਂਦੇ ਨੇ, ਵਾਹ ਜੀ ਵਾਹ। ਉਹ ਫਿਰ ਆਪਣੀ ਮਰਜ਼ੀ ਦਾ ਜਿਸ ਤਰ੍ਹਾਂ ਤਬਲਾ ਬੋਲਣਾ, ਜਿੱਥੇ ਬੋਲਣਾ ਚਾਹੀਦਾ ਜੀ ਜੀ, ਉਹ ਤਬਲੇ ਵਾਲੇ ਨੂੰ ਪਤਾ ਹੋਣਾ ਚਾਹੀਦਾ ਵੀ ਕਿੰਨਾ ਆਟਾ ਲਾਉਣਾ। ਹਾਂਜੀ, ਇਹ ਨਹੀਂ ਵੀ ਤੁਸੀਂ ਅੱਧਾ ਫੇੜਾ ਮਲ ਦਿਓ। ਹਾਂਜੀ ਹਾਂਜੀ। ਅੱਛਾ, ਫਿਰ ਉਹਦੇ ਨਾਲ ਤੁਸੀਂ ਆਪਣਾ ਆਪਣੇ ਹੱਥ ਦੇ ਵੇਟ ਦੇ ਹਿਸਾਬ ਨਾਲ, ਵੇਟ ਦੇ ਹਿਸਾਬ ਨਾਲ ਕਿੱਥੇ ਖੋਚਾ ਲੱਗਣਾ। ਹਾਂਜੀ, ਤੇ ਉਹਦੇ ਨਾਲ ਤੁਸੀਂ ਸੁਰ ਵੀ, ਸੁਰ ਵੀ ਸੈੱਟ ਕਰ ਸਕਦੇ ਹੋ। ਸੁਰ ਤਾਂ ਲਾਜ਼ਮੀ, ਸੁਰ ਤਾਂ ਜ਼ਰੂਰੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। Well, we'll definitely carry on the conversations with Khan Sahib, and I think we'll get to a point now where we maybe open the tabla a bit, and then we'll get some technical demonstrations done as well to show you guys. Go and go for a coffee break. We'll see you guys in a bit.